ਜੀ ਮੇਰੇ ਕਬਡੀ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਜਿਸ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਤੁਹਾਨੂੰ ਦੱਸ ਦਈਏ ਅਸੀਂ ਹਰ ਰੋਜ਼ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹਿਣਾਂ ਰਹਿੰਦੇ ਹਾਂ ਦੋਸਤੋ ਸੁਲਤਾਨ ਸਿੰਘ ਸੰਸਪੁਰ ਜੋ ਕਬੱਡੀ ਦਾ ਚੋਟੀ ਦਾ ਖਿਡਾਰੀ ਉਸਨੇ ਇੱਕ ਪੋਸਟ ਪਾਈ ਹੈ ਬਾਹੇ ਗੁਰੂ ਮੈਸਜੂ ਬ੍ਰਦਰ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸਨ ਬ్రో ਦੋਸਤੋ ਇਸ ਨੂੰ ਨੌਜਵਾਨੂ ਕੀ ਹੋਇਆ ਤੁਹਾਨੂੰ ਦੱਸ ਦਈਏ ਇਹ ਨੌਜਵਾਨ ਇੱਕ ਕਬੱਡੀ ਦਾ ਚੋਟੀ ਦਾ ਖਿਡਾਰੀ ਵੀ ਰਿਹਾ ਸੀ ਅੱਜ ਕੱਲ ਇਹ ਇਹ ਪਿੰਡ ਦੌਣ ਕਾਲੇ ਦੇ ਕਬੱਡੀ ਕਲੱਬ ਦਾ ਪ੍ਰਧਾਨ ਸੀ ਦੋਸਤੋ ਜਿਸ ਦਾ ਨਾਮ ਤਰਮਿੰਦਰ ਸਿੰਘ ਸੀ ਇਹ ਕਿਸੇ ਮਾਸਲੇ ਨੂੰ ਲੈ ਕੇ ਪਟਿਆਲੇ ਦੇ ਵਿੱਚ ਲੇਕੇ ਰਾਜੀਨਾਮਾ ਕਰਾਉਣ ਗਿਆ ਸੀ ਜਿੱਥੇ ਦੂਸਰੀ ਤਿਰਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਉਸ ਦੀ ਮੌਤ ਹੋ ਗਈ ਦੋਸਤੋ ਤੁਹਾਨੂੰ ਦੱਸ ਦਈਏ ਸੰਦੀਪ ਨੰਗਲੰਬੀਆਂ ਤੋਂ ਬਾਅਦ ਇਹ ਚੌਥਾ ਮਾਮਲਾ ਹੈ ਜਦੋਂ ਕਬੱਡੀ ਦੇ ਕਿਸੇ ਖਿਡਾਰੀ ਜਾਂ ਕਬੱਡੀ ਨਾਲ ਸੰਬੰਧਿਤ ਕਿਸੇ ਇਨਸਾਨ ਉੱਪਰ ਗੋਲੀਆਂ ਚਲਾਈਆਂ ਹਨ ਦੋਸਤੋ ਕਬੱਡੀ ਦੇ ਵਿੱਚ ਇਹ ਹੈ ਕ੍ਰਾਈਮ ਵਾਧਦੇ ਜਾਂਦੇ ਹਨ ਤੇ ਇਹਨਾਂ ਨੂੰ ਨੱਥ ਪਾਉਣ ਦੀ ਬਹੁਤ ਜ਼ਰੂਰੀਅਤ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਪੀਰੇ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ-ਬਹੁਤ ਧ